ਅਸੀਂ ਖੁਸ਼ ਹੋ ਜਾਂਦੇ ਆ ਕਿ ਐਤਕੀ ਕਾਂਗਰਸ ਨੂੰ ਵੋਟ ਪਾਤੀ ਜੀ, ਹੁਣ ਪੰਜਾਬ ਬਹੁਤ ਸੁਧਰ ਜਾਣਾ। ਅਸੀਂ ਅਕਾਲੀਆਂ ਨੂੰ ਵੋਟ ਪਾਤੀ, ਪੰਜਾਬ ਸੁਧਰ ਜਾਣਾ। ਐਤਕੀ ਅਸੀਂ ਆਪ ਨੂੰ ਦੇਖਾਂਗੇ। ਅਕਾਲੀਆਂ ਦੇ ਟਾਈਮ ਤੇ ਇਦਾਂ ਦਾ ਕੋਈ ਚੀਜ਼ ਜਿਹੜੀ ਹੁੰਦੀ ਹੋਵੇ ਤੇ ਹੁਣ ਕਾਂਗਰਸ ਵੇਲੇ ਨਹੀਂ ਹੁੰਦੀ। ਖਰਾਬ ਹੈ ਜਿਹੜੀ ਉਹ ਹੁਣ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਵਿਕਦੀ, ਜਾਂ ਜਿਹੜਾ ਨਸ਼ਾ ਹੈ ਉਹ ਬੰਦ ਹੋ ਗਿਆ। ਆ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਆ ਸਰਕਾਰੀ ਖੜੀਆਂ ਕਰਕੇ, ਉਹ ਬੰਦ ਹੋ ਗਿਆ ਸਾਰਾ। ਤੇ ਜਿਹੜੀ ਆਪ ਪਾਰਟੀ ਇਹਦਾ ਇਤਿਹਾਸ ਕੀ ਹੈ, ਇਹ ਕਿੱਥੋਂ ਨਿਕਲੀ ਹੈ? ਇਹ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਹੈ, ਤੇ ਜਿਹੜਾ ਅੰਨਾ ਹਜ਼ਾਰੇ ਹੈਗਾ ਇਹ ਆਰਐਸਐਸ ਦਾ ਕਾਰਡ ਹੋਲਡਰ ਹੈ। ਸਾਡੇ ਮੁਲਕ ਦੇ ਲੋਕਾਂ ਨੂੰ, ਆਵਾਮ ਨੂੰ ਇਹ ਗੱਲ ਸਮਝ ਨਹੀਂ ਪਏਗੀ ਕਿ ਇਹ ਜਮਹੂਰੀਅਤ ਹੈ। ਆਪ ਪਾਰਟੀ ਹੈਗੀ ਹੈ, ਇਹ ਆਰਐਸਐਸ ਦੀ ਹੀ ਟੀਮ ਬੀ ਹੈਗੀ ਹੈ। ਪਹਿਲੇ ਜਿਹੜੀ ਆਰਐਸਐਸ ਹੈ ਪੰਜਾਬ ਦੇ ਵਿੱਚ ਅਕਾਲੀਆਂ ਦੇ ਮੋਢੇ ਚੜ੍ਹ ਕੇ ਆਈ ਸੀ। ਇਹ ਗੱਲ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਸਾਡੀ ਉਨ ਲਾ ਕੇ ਸਾਡੇ ਛਿੱਤਰ ਮਾਰ ਰਹੇ ਹੈ। ਮੈਂ ਕਈ ਵਾਰ ਮੋਰਚੇ 'ਤੇ ਜਿੱਦਾਂ ਦਿੱਲੀ ਜਾਂਦੀ ਹਾਂ, ਮੈਂ ਉੱਥੇ ਦੇਖਦੀ ਹਾਂ ਕਈ ਬੜੇ ਯੰਗ ਬੱਚੇ ਆਉਂਦੇ ਆ ਕੇ ਚੰਗਾ ਬੋਲਦੇ ਆ, ਔਰ ਉਹਨਾਂ ਦੀ ਇੰਟਰਵਿਊ ਕਰਨ ਲੋਕ ਜਾਂਦੇ ਆ ਤਾਂ ਉਹ ਅੱਗੋਂ ਕਹਿੰਦੇ ਨਹੀਂ ਜੀ ਸਾਨੂੰ ਕੋਈ ਰਾਜਨੀਤੀ ਦਾ ਸ਼ੌਕ ਨਹੀਂ। ਬੜਾ ਅਫਸੋਸ ਹੁੰਦਾ ਹੈ। ਕਾਸ਼ ਇਹ ਸ਼ੌਕ ਸਹੀ ਲੋਕਾਂ ਨੂੰ ਸਹੀ ਸਮੇਂ ਰਹੇ ਹੁੰਦੇ ਤਾਂ ਅਸੀਂ ਇਸ ਨਰਕ ਵਿੱਚ ਨਹੀਂ ਹੁੰਦੇ ਜਿਹਦੇ ਵਿੱਚ ਜਿਹੜਾ ਨਰਕ ਅਸੀਂ ਅੱਜ ਭੋਗ ਰਹੇ ਹਾਂ। ਸਾਡੇ ਸਮੇਂ ਮੌਜੂਦ ਨੇ ਕਰੁਣਾਜੀਤ ਕੌਰ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹੁਣੀ ਸਪੀਚ ਦੇ ਕੇ ਆਏ ਨੇ ਕਿ ਉਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਜੇ ਆਉਣਗੇ ਸਿਆਸੀ ਪਾਰਟੀ ਦੇ ਵਿੱਚ ਕਿ ਵਾਕਈ ਉਹਨਾਂ ਕੋਲ ਕੋਈ ਹੋਰ ਵਿਕਲਪ ਹੋਊਗਾ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਨਾਈ ਬਾਬਾ, ਸਵਾਗਤ ਤੁਹਾਡਾ। ਸ਼ੁਕਰੀਆ ਜੀ। ਮੈਂ ਪਹਿਲਾਂ ਸਵਾਲ ਲਈਏ ਕਿ ਤੁਸੀਂ ਹੁਣ ਸਟੇਜ ਤੋਂ ਬੋਲਦੇ ਸੀ, ਆਮ ਆਦਮੀ ਪਾਰਟੀ ਬਾਰੇ ਵੀ ਬੋਲਦੇ ਸੀ, ਗੱਲਬਾਤ ਵੀ ਆਦਿ ਰੱਖਦੇ ਸੀ, ਬੋਲਣ ਦਾ ਕਾਰਨ ਕੀ ਹੈ ਕਿ ਵਿਤਕਰਾ ਉਹਨਾਂ ਨੇ ਸਹੀ ਨਹੀਂ ਕੀਤਾ ਜਦੋਂ ਕਿਸਾਨ ਇੱਥੋਂ ਗਏ ਸੀ, ਜਦੋਂ ਪੰਜਾਬ ਇੱਥੋਂ ਗਿਆ ਸੀ? ਜੀ, ਮੈਂ ਹੁਣੀ ਸਟੇਜ 'ਤੇ ਜਿਹੜੀ ਗੱਲ ਕਰ ਰਹੀ ਸੀ ਉਹ ਮੈਂ ਕਿਸੇ ਪਰਟੀਕੁਲਰ ਪਾਰਟੀ ਬਾਰੇ ਨਹੀਂ, ਮੈਂ ਇੱਕ ਪੋਲੀਟੀਕਲ ਕਲਾਸ ਦੀ ਗੱਲ ਕਰ ਰਹੀ ਸੀ। ਜੋ ਸਾਡੇ ਮੁਲਕ ਦੇ ਅੱਜ ਹਾਲਾਤ ਹੈਗੇ ਆ, ਜਾਂ ਜਿਸ ਮੁਸ਼ਕਲ ਦੇ ਵਿੱਚ ਅੱਜ ਅਸੀਂ ਫਸੇ ਹੋਏ ਹਾਂ, ਇਹ ਸਾਡੀਆਂ ਆਪਣੀਆਂ ਹੀ ਕੁਝ ਨਾਕਾਮੀਆਂ ਰਹੀਆਂ ਆ, ਸਾਡੀਆਂ ਆਪਣੀਆਂ ਕਮੀਆਂ ਰਹੀਆਂ ਆ, ਔਰ ਇਹ ਜਿੱਦਾਂ ਦੀ ਪੋਲੀਟੀਕਲ ਕਲਾਸ ਨੇ ਸਾਡੇ ਸਮਾਜ ਨੂੰ ਅੱਜ ਜਕੜ ਲਿਆ ਹੈਗਾ ਆ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਅਤੇ ਮੈਂ ਸਟੇਜ ਤੋਂ ਵੀ ਇਹੀ ਗੱਲ ਕਹਿ ਰਹੀ ਸੀ ਕਿ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਸਾਲ 'ਚ ਇਲੈਕਸ਼ਨ ਹੈਗਾ, ਅਸੀਂ ਗੱਲ ਕਰਦੇ ਹਾਂ ਇੱਥੇ ਤਿੰਨ ਮੁੱਖ ਪਾਰਟੀਆਂ ਹੈਗੀਆਂ, ਕਾਂਗਰਸ, ਅਕਾਲੀ ਅਤੇ ਹੁਣ ਆ ਜਿਹੜੀ ਆਪ ਪਾਰਟੀ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੀਆਂ ਤਿੰਨੋਂ ਪਾਰਟੀਆਂ ਹੈ ਇਹ ਇੱਕ ਦੂਜੇ ਤੋਂ ਭਿੰਨ ਕਿੱਦਾਂ। ਪਹਿਲੇ ਤਾਂ ਇਹ ਸਮਝਣ, ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਐਤਕੀ ਕਾਂਗਰਸ ਨੂੰ ਵੋਟ ਪਾਤੀ ਜੀ, ਹੁਣ ਪੰਜਾਬ ਬਹੁਤ ਸੁਧਰ ਜਾਣਾ। ਅਸੀਂ ਅਕਾਲੀਆਂ ਨੂੰ ਵੋਟ ਪਾਤੀ, ਪੰਜਾਬ ਸੁਧਰ ਜਾਣਾ। ਐਤਕੀ ਅਸੀਂ ਆਪ ਨੂੰ ਦੇਖਾਂਗੇ। ਮੈਂ ਆਪਣੇ ਆਵਾਮ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਜੀ ਤੁਹਾਡੇ ਜ਼ਰੀਏ ਕਿ ਹੁਣ ਸਾਡੇ ਕਾਂਗਰਸ ਦੀ ਸਰਕਾਰ ਹੈ ਪੰਜਾਬ ਵਿੱਚ, ਅਕਾਲੀਆਂ ਦੇ ਟਾਈਮ 'ਤੇ ਇੱਦਾਂ ਦਾ ਕੋਈ ਚੀਜ਼ ਜਿਹੜੀ ਹੁੰਦੀ ਹੋਵੇ ਤਾਂ ਹੁਣ ਕਾਂਗਰਸ ਵੇਲੇ ਨਹੀਂ ਹੁੰਦੀ। ਆ ਜਿਹੜੀ ਖਰਾਬ ਹੈ ਜਿਹੜੀ ਉਹ ਹੁਣ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਵਿਕਦੀ, ਜਾਂ ਜਿਹੜਾ ਨਸ਼ਾ ਹੈ ਉਹ ਬੰਦ ਹੋ ਗਿਆ। ਆ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਆ ਸਰਕਾਰੀ ਖੜੀਆਂ ਕਰਕੇ, ਉਹ ਬੰਦ ਹੋ ਗਿਆ ਸਾਰਾ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ। ਅਤੇ ਜਿੱਥੇ ਤੱਕ ਆਪ ਦੀ ਗੱਲ ਹੈ, ਮੈਂ ਜਾਣੀ ਰਹਿੰਦੀ ਹਾਂ ਪਿੰਡਾਂ ਦੇ ਵਿੱਚ, ਔਰ ਬੜਾ ਦਿਲ ਦੁਖਦਾ ਹੈ ਦੇਖ ਕੇ ਕਿ ਇੱਕ ਪਾਸੇ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਾਂ, ਇੰਨੇ ਸਾਡੇ ਜਿਹੜੇ ਬਜ਼ੁਰਗ, ਸਾਡੇ ਭਰਾ ਸ਼ਹੀਦ ਹੋ ਗਏ ਆ ਉੱਥੇ, ਔਰ ਫਿਰ ਵੀ ਅਸੀਂ ਹੁੰਮ ਹੁਮਾ ਕੇ ਅੱਜ ਪੋਲੀਟੀਕਲ ਰੈਲੀਜ਼ ਵਿੱਚ ਜਾ ਰਹੇ ਹਾਂ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜੀ ਪੂਰੀ ਪੋਲੀਟੀਕਲ ਕਲਾਸ ਹੈ ਕਿਸੇ ਵੀ ਪਾਰਟੀ ਦੀ ਹੋਵੇ, ਕਿਉਂਕਿ ਪਾਰਟੀ ਵਾਲੀ ਤਾਂ ਹੁਣ ਗੱਲ ਹੀ ਨਹੀਂ ਰਹਿ ਗਈ। ਇਹ ਕੋਈ ਜ਼ਮਾਨੇ ਸੀਗੇ ਜਦ ਮੁਲਕ ਨਵਾਂ ਨਵਾਂ ਆਜ਼ਾਦ ਹੋਇਆ ਸੀ ਕਿ ਪਾਰਟੀ ਸੀਗੀਆਂ, ਉਹਨਾਂ ਦੀਆਂ ਆਪਣੀਆਂ ਆਈਡੀਓਲੋਜੀਜ਼ ਸੀਗੀਆਂ। ਅੱਜ ਆਈਡੀਓਲੋਜੀ ਤਾਂ ਹੈ ਹੀ ਨਹੀਂ ਹੈ, ਜਿਹੜਾ ਖੇਲ ਹੈ ਕੁਰਸੀ ਦਾ ਹੈ। ਜਿਹਨੇ ਜਿਹਨੂੰ ਕੁਰਸੀ ਦੇ ਦਿੱਤੀ ਉਹਨੇ ਉੱਧਰ ਚੱਲ ਜਾਣਾ। ਤੁਸੀਂ ਆਪਣੇ ਆਸ ਪਾਸ ਝਾਤ ਮਾਰ ਕੇ ਦੇਖ ਲਓ, ਸਰਕਾਰ ਜਿਹੜੀ ਮਰਜ਼ੀ ਆ ਜਾਵੇ ਬੰਦੇ ਉਹੀ ਹੁੰਦੇ ਆ। ਅਤੇ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਸਾਰੇ ਇੱਕ ਹੈਗੇ ਆ। ਹੁਣ ਆਪ ਦੀ ਜੇ ਅਸੀਂ ਗੱਲ ਕਰੀਏ ਤੇ ਜਿਹੜੀ ਆਪ ਪਾਰਟੀ ਇਹਦਾ ਇਤਿਹਾਸ ਕੀ ਹੈ, ਇਹ ਕਿੱਥੋਂ ਨਿਕਲੀ ਹੈ? ਇਹ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਨਿਕਲੀ ਹੈ, ਅਤੇ ਜਿਹੜਾ ਅੰਨਾ ਹਜ਼ਾਰੇ ਹੈਗਾ ਇਹ ਆਰਐਸਐਸ ਦਾ ਕਾਰਡ ਹੋਲਡਰ ਹੈ, ਇਹ ਮਰਨ ਕਿਨਾਰੇ ਪਹੁੰਚਿਆ ਹੋਇਆ ਹੈ। ਅੱਜ ਵੀ ਇਹ ਜਿਹੜਾ ਆਰਐਸਐਸ ਲਈ ਕੰਮ ਕਰਦਾ ਹੈ, ਇਹ ਉੱਥੇ ਆ ਕੇ ਦਿੱਲੀ ਇਹਨੇ ਧਰਨਾ ਲਾਇਆ ਸੀਗਾ ਜਦੋਂ, ਹੁਣ ਉਹ ਸਾਰਾ ਕੁਛ ਹੋਣਾ ਮੁਲਕ 'ਚ ਬੰਦ ਹੋ ਗਿਆ, ਉਹ ਤੋਂ ਕਿਤੇ ਜ਼ਿਆਦਾ ਹੋ ਰਿਹਾ, ਹੁਣ ਅੰਨਾ ਹਜ਼ਾਰੇ ਕਿੱਥੇ, ਹੁਣ ਕਿਉਂ ਨਹੀਂ ਬੋਲਦਾ? ਔਰ ਇਹ ਜਿਹੜੀ ਆਪ ਪਾਰਟੀ ਹੈਗੀ ਹੈ, ਇਹਨਾਂ ਦਾ ਜਿਹੜਾ ਕਰਤਾ ਧਰਤਾ ਹੈ, ਦਿਸ ਇਜ਼ ਵਨ ਮੈਨ ਸ਼ੋਅ, ਇਹ ਇੱਕ ਬੰਦੇ ਦੀ ਪਾਰਟੀ ਹੈ। ਅਸੀਂ ਸਾਡੇ ਮੁਲਕ ਦੇ ਲੋਕਾਂ ਨੂੰ, ਆਵਾਮ ਨੂੰ ਇਹ ਗੱਲ ਸਮਝ ਨਹੀਂ ਪਏਗੀ ਕਿ ਇਹ ਜਮਹੂਰੀਅਤ ਹੈ। ਕਿਸੇ ਵੀ ਪਾਰਟੀ ਦੀ ਗੱਲ ਕਰ ਲਓ, ਤੁਸੀਂ ਮੈਨੂੰ ਹਿੰਦੁਸਤਾਨ 'ਚ ਕੋਈ ਪਾਰਟੀ ਦੱਸੋ ਜਿਹਦੀ ਆਪਣੇ ਇੰਟਰਨਲ ਡੈਮੋਕ੍ਰੈਟਿਕ ਤਰੀਕੇ ਨਾਲ ਉਹਨਾਂ ਦੀ ਆਪਣੀ ਇੰਟਰਨਲ ਇਲੈਕਸ਼ਨ ਹੁੰਦੀ ਹੋਏ। ਇਹ ਇੱਕ ਬੰਦਾ ਪੂਰੀ ਪੂਰੀ ਪਾਰਟੀ ਚਲਾ ਰਿਹਾ, ਜਿਹਦਾ ਜੀ ਕਰਦਾ ਉਹਨੂੰ ਲਾ ਤਾ, ਜਿਹਦਾ ਜੀ ਕਰਦਾ ਉਹਨੂੰ ਹਟਾ ਤਾ, ਔਰ ਸਾਨੂੰ ਲੋਕਾਂ ਨੂੰ ਇਹ ਕਠਪੁਤਲੀਆਂ ਵਾਂਗੂ ਨਚਾ ਰਹੇ ਹੈ, ਅਸੀਂ ਨੱਚ ਰਹੇ ਹਾਂ।
हुण तुसीं आ दिल्ली दे विच की कुछ नहीं होया साडे जिहड़े ये गल लोकां नूं समझण दी लोड़ हैगी है कि साडी ऊन ला के साडे छित्तर मार रहे है ये जिन्नी इहनां दी पुलिस लगी हुई है उहनूं तनखाह कित्थों जांदी है उह साडा ही पैसा है असीं टैक्स पैसा दिंदे हां उहनां तों सानूं डंडे मरवा रहे है और उह साडे ही न्याणे है ਤੁਸੀਂ ਅੰਨਾ ਹਜ਼ਾਰੇ ਦੀ ਗੱਲ ਕੀਤੀ ਹੈ ਅੰਨਾ ਹਜ਼ਾਰੇ ਨੇ ਅੰਦੋਲਨ ਕੀਤਾ ਸੀ ਇੱਕ ਲੋਕਪਾਲ ਬਿੱਲ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਉਹ ਪਲੈਨ ਸੀ ਕਿ ਵਾਕਈ ਅੰਨਾ ਹਜ਼ਾਰੇ ਵੱਲੋਂ ਲਗਾਇਆ ਗਿਆ ਸੀ ਜੀ ਬਿਲਕੁਲ ਮੈਨੂੰ ਇਹੀ ਲੱਗਦਾ ਹੈ ਔਰ ਰਾਧਰ ਮੈਨੂੰ ਯਕੀਨ ਹੈ ਇਸ ਗੱਲ ਦਾ ਕਿ ਇਹ ਸਭ ਕੁਝ ਪਲੈਨ ਸੀਗਾ ਇਹ ਬੀਜੇਪੀ ਨੂੰ ਮੈਂ ਨਹੀਂ ਕਹਿੰਦੀ ਕੋਈ ਕਾਂਗਰਸ ਪਾਰਟੀ ਦੁੱਧੀ ਧੁਲੀ ਹੈ ਪਰ ਜਿੱਧਰ ਨੂੰ ਅੱਜ ਮੁਲਕ ਦੇ ਹਾਲਾਤ ਜਾ ਰਹੇ ਹੈਗੇ ਹੈ ਇਹ ਬੀਜੇਪੀ ਨੂੰ ਅੱਗੇ ਲੈ ਇਹਨਾਂ ਦੀ ਸਟ੍ਰੈਟਜੀ ਦਾ ਹੀ ਹਿੱਸਾ ਸੀਗਾ ਔਰ ਮੈਂ ਗੱਲ ਕਲੀਅਰ ਕਰ ਦਵਾਂ ਆਪਣੇ ਲੋਕਾਂ ਨੂੰ ਕਿ ਜਿਹੜੀ ਇਹ ਆਪ ਪਾਰਟੀ ਹੈਗੀ ਹੈ ਇਹ RSS ਦੀ ਹੀ ਟੀਮ ਵੀ ਹੈਗੀ ਹੈ ਪਹਿਲੇ ਜਿਹੜੀ RSS ਹੈ ਪੰਜਾਬ ਦੇ ਵਿੱਚ ਅਕਾਲੀਆਂ ਦੇ ਮੋਢੇ ਚੜ੍ਹ ਕੇ ਆਈ ਸੀ ਹੁਣ ਇਹਨਾਂ ਦੇ ਥਰੂ ਜੇ ਲੋਕ ਸਾਡੇ ਨਹੀਂ ਸਮਝਦੇ ਇਸ ਗੱਲ ਨੂੰ ਤਾਂ ਇਹਨਾਂ ਦੇ ਥਰੂ ਸਿੱਧੀ ਆਊਗੀ ਅਤੇ ਸਾਡੀਆਂ ਵੋਟਾਂ ਲੈ ਕੇ ਮੁੜ ਕੇ ਇਹੀ ਕੁਛ ਸਾਡੇ ਨਾਲ ਹੋਣਾ ਜਿਹੜਾ ਦਿੱਲੀ ਦੇ ਵਿੱਚ ਇੱਕ ਮਾਈਨੋਰਿਟੀ ਨਾਲ ਘੱਟ ਗਿਣਤੀ ਨਾਲ ਪਿਛਲੇ ਸਾਲ ਹੋਇਆ ਲੋਕਪਾਲ ਨੂੰ ਲੈ ਕੇ ਹੁਣ ਕਿਉਂ ਨਹੀਂ ਬੋਲਦੇ ਇੰਨੇ ਜ਼ਿਆਦਾ ਹੁਣ ਕਿਉਂ ਨਹੀਂ ਜਦੋਂ ਦੀ ਬੀਜੇਪੀ ਸਰਕਾਰ ਆਈ ਇੱਕ ਵੀ ਅੰਦੋਲਨ ਨਹੀਂ ਕੀਤਾ ਹੁਣ ਵੀ ਤਾਂ ਬੋਲਿਆ ਜਾ ਸਕਦਾ ਸੀ ਵੀ ਲੋਕਪਾਲ ਬਿੱਲ ਲੈ ਕੇ ਆਓ ਲੋਕਾਂ ਦੇ ਹੱਕ ਵਿੱਚ ਲੈ ਕੇ ਆਓ ਹੁਣ ਕਿਉਂ ਨਹੀਂ ਬੋਲਦੇ ਇਹੀ ਗੱਲ ਤਾਂ ਸਮਝਣ ਵਾਲੀ ਹੈ ਖਾਮੋਸ਼ੀ ਬੋਲਦੀ ਹੈ ਲੋਕਾਂ ਨੂੰ ਇਹ ਖਾਮੋਸ਼ੀ ਸਮਝਣੀ ਚਾਹੀਦੀ ਹੈ ਕਿ ਮੈਸੇਜ ਦੇ ਰਹੀ ਹੈ ਇਹ ਵੈਸੇ ਜੋ ਕੁਛ ਵੀ ਹੋ ਰਿਹਾ ਨਾ ਇਹ ਇਸ ਪੋਲੀਟੀਕਲ ਕਲਾਸ ਦਾ ਕਸੂਰ ਨਹੀਂ ਹੈ ਇਸ ਕਲਾਸ ਨੂੰ ਲੈ ਕੇ ਆਉਣ ਵਾਲੇ ਅਸੀਂ ਹਾਂ ਠੀਕ ਹੈ ਅਸੀਂ 70 ਸਾਲਾਂ ਦੇ ਵਿੱਚ ਆਪਣੇ ਜੋ ਲੀਡਰਸ ਪੈਦਾ ਨਹੀਂ ਕਰ ਸਕੇ ਮੈਂ ਕਈ ਵਾਰ ਮੋਰਚੇ 'ਤੇ ਜਿੱਦਾਂ ਦਿੱਲੀ ਜਾਂਦੀ ਹਾਂ ਮੈਂ ਉੱਥੇ ਦੇਖਦੀ ਹਾਂ ਕਈ ਬੜੇ ਯੰਗ ਬੱਚੇ ਆਉਂਦੇ ਆ ਕੇ ਚੰਗਾ ਬੋਲਦੇ ਆ ਔਰ ਉਹਨਾਂ ਦੀ ਇੰਟਰਵਿਊ ਕਰਨ ਲੋਕ ਜਾਂਦੇ ਆ ਤਾਂ ਉਹ ਅੱਗੋਂ ਕਹਿੰਦੇ ਨਹੀਂ ਜੀ ਸਾਨੂੰ ਕੋਈ ਰਾਜਨੀਤੀ ਦਾ ਸ਼ੌਕ ਨਹੀਂ ਬੜਾ ਅਫਸੋਸ ਹੁੰਦਾ ਹੈ ਕਾਸ਼ ਇਹ ਸ਼ੌਕ ਸਹੀ ਲੋਕਾਂ ਨੂੰ ਸਹੀ ਸਮੇਂ ਰਹੇ ਹੁੰਦੇ ਤਾਂ ਅਸੀਂ ਇਸ ਨਰਕ ਵਿੱਚ ਨਹੀਂ ਹੁੰਦੇ ਜਿਹਦੇ ਵਿੱਚ ਜਿਹੜਾ ਨਰਕ ਅਸੀਂ ਅੱਜ ਭੋਗ ਰਹੇ ਹਾਂ ਅਤੇ ਅੱਜ ਜਿਹੜਾ ਸਮਾਂ ਹੈਗਾ ਇਹ ਆਪਣੇ ਸ਼ੌਕਾਂ ਨੂੰ ਪਿੱਛੇ ਛੱਡ ਕੇ ਆਪਣੀ ਜਿਹੜੀ ਸਮਾਜਿਕ ਜ਼ਿੰਮੇਦਾਰੀ ਆ ਉਹਨੂੰ ਸਮਝਣ ਦਾ ਆ ਜਿਹੜੇ ਬਹੁਤ ਸੂਝਵਾਨ ਲੋਕ ਮਿਹਨਤੀ ਲੋਕ ਕਿਰਤੀ ਲੋਕ ਇਹ ਅੱਗੇ ਆਉਣ ਅਤੇ ਮੁਲਕ ਨੂੰ ਸਾਂਭਣ ਅਤੇ ਜਿਹੜੀ ਪੋਲੀਟੀਕਲ ਕਲਾਸ ਹੈ ਅਕਰੋਸ ਆਲ ਪਾਰਟੀਜ਼ ਕੋਈ ਵੀ ਪਾਰਟੀ ਹੋਵੇ ਚਾਹੇ ਇਹਨਾਂ ਸਭ ਨੂੰ ਇਹ ਜਿਹਨੂੰ ਕਹਿੰਦੇ ਹੁੰਝਾ ਫੇਰਨ ਦੀ ਲੋੜ ਹੈ ਇਹਨਾਂ ਨੂੰ ਸਲੇਟ ਤੋਂ ਸਭ ਕੁਛ ਮਟੇ ਕੇ ਨਵੇਂ ਸਿਰੇ ਤੋਂ ਲਿਖਣ ਦੀ ਲੋੜ ਹੈ ਨਹੀਂ ਤਾਂ ਬਰਬਾਦੀ ਬਰਬਾਦੀ ਹੈ ਹੁਣ ਜਿਸ ਨੇ ਕਿਸਾਨ ਲਗਾਤਾਰ ਹੀ ਪ੍ਰੋਟੈਸਟ ਕਰਦੇ ਨੇ ਧਰਨੇ ਲਗਾਉਂਦੇ ਨੇ ਆਪਣੀ ਗੱਲ ਵੀ ਰੱਖਦੇ ਨੇ ਕਿ 3 ਬਿੱਲ ਵਾਪਸ ਹੋਣੇ ਚਾਹੀਦੇ ਨੇ ਕੀ ਲੱਗਦਾ ਜੇ ਹੁਣ ਸਟੇ ਲੱਗਿਆ ਹੋਇਆ ਬਿੱਲ ਉੱਤੇ ਵੀ ਬਿੱਲ ਜਿਹੜੇ ਹੈਗੇ ਨੇ ਉਹ ਹੁਣ ਅੱਗੇ ਲਾਗੂ ਨਹੀਂ ਹੋਣਗੇ ਕੋਰਟ ਨੇ ਸਟੇ ਲਗਾਇਆ ਹੋਇਆ ਪਰ ਇਸ ਚੀਜ਼ ਨੂੰ ਲੱਗਦਾ ਕੀ ਹੈ ਵੀ ਕਿਸਾਨ ਹੁਣ ਕੀ ਕਰੇ ਕਿ ਕਿਸਾਨ ਅੱਗੇ ਵਧੇ ਪਿੱਛੇ ਜਾਵੇ ਕੀ ਕਰਨਾ ਚਾਹੀਦਾ ਕਿ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਸਿਆਸੀ ਪਾਰਟੀਆਂ ਲਿਆਉਣੀ ਚਾਹੀਦੀ ਹੈ ਵੀ ਕਿਸਾਨ ਆਪਣੀ ਚੀਜ਼ ਚੂਜ਼ ਕਰ ਸਕਦਾ ਮਨ ਮਰਜ਼ੀ ਦੇ ਨਾਲ ਫਿਰ ਜਥੇਬੰਦੀ ਕੀ ਵਾਕਈ ਇਸ ਚੀਜ਼ 'ਤੇ ਖਾਮੋਸ਼ ਨੇ ਦੇਖੋ ਜਿੱਥੇ ਤੱਕ ਸਾਡੀ ਕਿਸਾਨੀ ਲੀਡਰਸ਼ਿਪ ਦੀ ਗੱਲ ਹੈ ਅਸੀਂ ਬਹੁਤ ਚੰਗੀ ਅਗਵਾਈ ਦੇ ਵਿੱਚ ਹੈਗੇ ਹਾਂ ਜਿੱਥੇ ਤੱਕ ਅਸੀਂ ਪਹੁੰਚੇ ਹਾਂ ਇਹ ਅੰਦੋਲਨ ਕਿੱਥੋਂ ਉੱਠ ਕੇ ਪੂਰੇ ਵਿਸ਼ਵ ਪੱਧਰ 'ਤੇ ਪਹੁੰਚਿਆ ਹੈ ਅਤੇ ਜਿਹੜੇ ਸਾਡੇ ਆਗੂ ਹੈਗੇ ਆ ਦੇ ਆਰ ਮੈਚਿਓਰ ਇਨਫ ਉਹਨਾਂ ਨੂੰ ਪਤਾ ਆ ਕਿਸ ਸਮੇਂ 'ਤੇ ਅਸੀਂ ਕੀ ਕਰਨਾ ਜਿੱਥੇ ਤੱਕ ਗੱਲ ਹੈਗੀ ਆ ਇਹਨਾਂ ਕਾਨੂੰਨਾਂ ਦੀ ਅਤੇ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਮੈਂ ਅੱਜ ਵੀ ਕਹਿੰਦੀ ਹਾਂ ਕਿ ਇਹ ਕਾਨੂੰਨਾਂ ਦਾ ਤਾਂ ਮਸਲਾ ਹੀ ਕੋਈ ਨਹੀਂ ਇਹ ਰੱਦ ਹੋਣੇ ਹੀ ਹੈ ਇਹ ਕੋਈ ਵਿਕਲਪ ਨਹੀਂ ਬਚੇਗਾ ਇਸ ਸਰਕਾਰ ਦੇ ਕੋਲ ਗੱਲ ਇਹ ਤੋਂ ਅੱਗੇ ਦੀ ਹੈ ਕਿ ਇਹ ਜਿਹੜੇ ਹਾਲਾਤ ਪੈਦਾ ਹੋਏ ਆ ਇਹ ਮੁੜ ਕੇ ਨਾ ਹੋਣ ਕਿਉਂਕਿ ਪਾਈਪਲਾਈਨ 'ਚ ਬਹੁਤ ਕੁਛ ਹੈ ਆ ਹੁਣ ਜਿਹੜੇ ਮਜ਼ਦੂਰਾਂ ਦੇ ਜਿਹੜੇ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਉਹ ਕੀਤਾ ਆ ਆਪਣੇ ਵੱਲੋਂ ਕਹਿੰਦੇ ਅਸੀਂ ਅਮੈਂਡ ਕੀਤਾ ਆ ਉਹਨਾਂ ਦੇ ਵਿੱਚ ਦੇਖੋ ਇਹ ਜ਼ਿਆਦਾ ਮੁਲਕ ਆਜ਼ਾਦ ਹੋਇਆ ਜਦੋਂ ਸਮੇਂ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਇਹ ਗੱਲ ਦਾ ਇਲਮ ਸੀਗਾ ਕਿ ਕਿਸੇ ਵੀ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਕਿਸਾਨ ਦੇ ਉੱਤੇ ਅਤੇ ਮਜ਼ਦੂਰ ਵਰਗ ਦੇ ਉੱਤੇ ਡਿਪੈਂਡ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਸਹੂਲਤ ਦਿੰਦੇ ਹੋਏ ਕਾਨੂੰਨ ਬਣਾਏ ਗਏ ਸੀਗੇ ਅਤੇ ਕਿਉਂਕਿ ਜਿਹੜੇ ਕਾਨੂੰਨਾਂ ਨੇ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਸਹੂਲਤ ਦੇਣੀ ਹੈ ਉਹ ਭਾਰੂ ਹੋਣੇ ਸਰਮਾਏਦਾਰ 'ਤੇ ਅਤੇ ਹੁਣ ਸਰਮਾਏਦਾਰ ਨੂੰ ਆ ਜਿਹੜਾ ਹੱਥ ਉੱਤੇ ਕਰਨ ਲਈ ਇਹਨਾਂ ਨੇ ਜਿਹੜੇ ਮਜ਼ਦੂਰਾਂ ਦੇ ਕਾਨੂੰਨਾਂ ਦੇ ਵਿੱਚ ਵੀ ਉਹ ਹੇਰਾਫੇਰੀ ਕੀਤੀ ਹੈ ਔਰ ਇੱਕ ਗੱਲ ਮੈਂ ਹੋਰ ਆਪਣੇ ਜਿਹੜੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਕਲੀਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਗੇਮ ਸਮਝੋ ਤੁਸੀਂ ਕੀ ਹੈ ਅਸੀਂ ਆਪੋਜੀਸ਼ਨ ਦੀ ਗੱਲ ਕਰਦੇ ਹਾਂ ਰਾਜ ਸਭਾ ਦੇ ਵਿੱਚ ਤਾਂ ਆਪੋਜੀਸ਼ਨ ਹੈ ਨਾ ਜਦ ਕਿਸਾਨੀ ਜਿਹੜੇ ਬਿੱਲ ਉੱਥੇ ਪਹੁੰਚੇ ਸੀਗੇ ਅਤੇ ਇਹਨਾਂ ਨੇ ਇੱਕ ਡਰਾਮੇ ਦੇ ਵਾਲਾ ਦਿਖਾਵਾ ਕਰਤਾ ਕਿ ਅਸੀਂ ਇਹਦੇ ਵਿਰੋਧੀ ਹੈਗੇ ਹਾਂ ਉੱਥੇ ਕਿਸੇ ਨੇ ਡਟ ਕੇ ਵਿਰੋਧ ਕੀਤਾ ਇਹਨਾਂ ਨੇ ਆਪਣਾ ਉੱਥੇ ਰਿਕਾਰਡ ਕਰਾਇਆ ਵਿਰੋਧ ਅਤੇ ਜਿਹੜੇ ਆ ਮਜ਼ਦੂਰਾਂ ਵਾਲੇ ਬਿੱਲ ਪਾਸ ਹੋਏ ਆ ਰਾਜ ਸਭਾ ਦੇ ਵਿੱਚ ਸਾਰੀ ਆਪੋਜੀਸ਼ਨ ਉੱਠ ਕੇ ਵਾਕਆਊਟ ਕਰ ਗਈ ਵਾਕਆਊਟ ਦਾ ਕੀ ਮਤਲਬ ਹੈ ਕਿ ਅਸੀਂ ਤੁਹਾਨੂੰ ਖੁੱਲ੍ਹਾ ਮੈਦਾਨ ਦੇਤਾ ਜੋ ਮਰਜ਼ੀ ਕਰੋ ਇਹ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਸਾਈਲੋਜ਼ ਬਣੇ ਆ ਕੌਡੀਆਂ ਭਾਅ ਜ਼ਮੀਨਾਂ ਇਹਨਾਂ ਨੂੰ ਵਿਕੀਆਂ ਆ ਇਹ ਕਿਹਨੇ ਦਿੱਤੀਆਂ ਆ ਤੁਸੀਂ ਕਿਸੇ ਵੀ ਲੀਡਰ ਦੀ ਗੱਲ ਕਰ ਲਓ ਉਹਦੇ ਦਫ਼ਤਰ 'ਚ ਦੇਖੋ ਡਰਾਇੰਗ ਰੂਮ 'ਚ ਦੇਖੋ ਇਹਨਾਂ ਦਾ ਅੰਬਾਨੀਆਂ ਡਾਨੀਆਂ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਅਤੇ ਅੱਜ ਜਿਹੜੀ ਲੋੜ ਹੈਗੀ ਆ ਮੈਂ ਫਿਰ ਰਿਪੀਟ ਕਰਦੀ ਹਾਂ ਕਿ ਤੁਸੀਂ ਹੁਣੀ ਮੇਰੇ ਤੋਂ ਪੁੱਛ ਰਹੇ ਸੀ ਕਿ ਇਹ ਜਿਹੜੀ ਕਿਸਾਨੀ ਲਹਿਰ ਹੈ ਕਿੱਧਰ ਨੂੰ ਜਾਏਗੀ ਮੈਨੂੰ ਇਹ ਲੱਗਦਾ ਹੈ ਕਿ ਇੱਧਰ ਨੂੰ ਹੀ ਜਾਣੀ ਚਾਹੀਦੀ ਹੈ ਔਰ ਇੱਧਰ ਨੂੰ ਹੀ ਇਹ ਜਾਏਗੀ ਕਿ ਇਹ ਜਿਹੜੀ ਟੋਟਲ ਪੋਲੀਟੀਕਲ
क्लास हैगी अज की जिन्हें कब्जा किया होया आ साढ़े सारे सोशल इंस्टीट्यूशनस से साढ़े जिन्हें भी धार्मिक इंस्टीट्यूशन है एजुकेशनल है अज प्रॉब्लम यह है कि पोलिटिकल क्लास का जो दबदबा है हर थान तुम धार्मिक अदारे लै लो अज जे साढ़े बाबे बने बैठे है ठीक है ना ये अज कि बैठे है की यहाँ पर केस दर्ज है की ये करते हैं ये किसी तो छुपया नहीं तुम एजुकेशनल इंस्टीट्यूशन लै लो इन्हों के जोड़े प्रधान बने बैठे है क्रिमिनल लोग वो बैठे हुए हैं तुम कोई समाजिक अदारे लै लो ये जी पोलीटल क्लास है ने जकड़ लिया है समाज में अज लौड़ हैगी तो अपने आप न आज़ाद कराने की। मैं एक आखिरी सवाल है कि तुम सारी गलबात देखी है तुम श्रोमणी अकाली दल की भी गल की कांग्रेस भी की आम आदमी पार्टी की भी फिर लोगों को ऑप्शन है जो आम लोग या आम किसान बैठा है ये किनू चुनन जो तिने पार्टियां नहीं चुनना फिर कौन अगे आने चाहिए ने कि नौजवान अगे आने चाहिए ने कि वाकई जथेबंदी अगे आना चाहिए फिर कि वोट करे तो बाबा रिपीट हो ही जाते हैं। सब तो पहली गल तो यही है कि लोग ये गल समझ कि सारे एक ही है ठीक है जिदा आप हमने पहले भी गल कर रहे कि जो मैं पता है आ चीज़ खाण के ना मेरी शरीर च जहर फैलना है ठीक है ना तो मैं वो नहीं खानी चाहिए तो जड़ी दूसरी चीज़ लभण की जी पहली शर्त यह है कि मैं उन्होंने हटाव ठीक है मैं उन्होंने खाली कर देव शरीर के जोड़े कोई अंग खराब हो जाते डॉक्टर बहर कड़ के सुट देंगे उन्होंने फिर देखा जाता होर की करना है। सैकेंडली जोड़ा सा अज का यूथ है ये कोई चॉइस नहीं हैगी कोई विकल्प नहीं है कि आराम ना बैठ के देख का की होगा इनू अगे आना पेगा जी सारी बागडोर है अपने हथ लैनी पेगी जोड़े बजुर्ग है उन्होंने जोड़ा होश है तो जोड़ा साढ़े यूथ का जोश है यदा जोड़ा सुमेल होना बहुत जरूरी है नहीं तो फिर बर्बादी ही बर्बादी है ये लोगों को समझना चाहिए हूँ जिथे जाके डिगे इतों मुड़ के कभी उठ नहीं होना। तो सारी गलबात सुनिए सन मयूसन करुणाजीत जिन्ह ने अपनी गलबात रखी है स्पीच भी दे के हटे ने हमने एक स्टेज लगी सी गल्लां बहुत ने कि विकल्प की है आप आम आदमी पार्टी की कांग्रेस की श्रोमणी अकाली दल की हो पार्टियां की गल करने जे ये विकल्प नहीं लोगों को होर की विकल्प है होर कि लोग अगे आने चाहिए ने नौजवानों की भी गल होंगी है पर कितना कितने समस्या भी क्रिएट हो जाती है तो तुम पंजाब न्यूज़ में जुड़े देना तो असं पल पल की खबर दें देंगे पेज में लाइक कर देना वीडियो शेयर कर देना ताकि दूजे तक भी सारी जानकारी पहुँच सके।